ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਏਅਰਪੋਰਟ ਦੀ ਭਰਤੀ ਨੂੰ ਲੈ ਕੇ ਨਿਕਲ ਕੇ ਆ ਚੁੱਕਿਆ ਹੈ ਜੀ। ਬਿਲਕੁਲ ਨਵੀਂ ਭਰਤੀ ਹੈ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਉਹ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ 'ਚ ਦਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦਿਆਂ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ, ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ, ਜਿਹਦੇ ਲਈ ਸਿੰਪਲੀ ਤੁਸੀਂ ਗੂਗਲ 'ਚ ਜਾਣਾ ਔਰ ਉੱਥੇ ਜਾ ਕੇ ਟਾਈਪ ਕਰਨਾ ਹੋਏਗਾ ਜੀ ਮੀਤ ਅਕੈਡਮੀ .in 'ਤੇ। ਫਸਟ ਨੰਬਰ 'ਤੇ ਤੁਹਾਨੂੰ ਸਾਡੀ ਵੈਬਸਾਈਟ ਡੀ ਡੀ ਜੀ ਮਿਲ ਜਾਏਗੀ, ਉੱਥੋਂ ਸਾਰੀ ਜੋਬ ਰਿਲੇਟਡ ਅਪਡੇਟ ਜਿਹੜੇ ਤੁਹਾਨੂੰ ਮਿਲ ਜਾਣਗੇ, ਚੈੱਕ ਕਰਕੇ ਤੁਸੀਂ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਸੋ ਸਭ ਤੋਂ ਪਹਿਲਾਂ ਤਾਂ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ BAS ਮਤਲਬ ਭਾਰਤੀ ਐਵੀਏਸ਼ਨ ਸਰਵਿਸਿਜ਼ ਵੱਲੋਂ ਆਊਟ ਕੀਤਾ ਗਿਆ, ਜਿਹਦੇ ਲਈ ਔਨਲਾਈਨ ਤੁਸੀਂ ਅਪਲਾਈ ਕਰਨਾ ਹੋਵੇਗਾ ਜੀ। ਇਸ ਦੇ ਵਿੱਚ ਜਿਹੜੀ ਹੈ ਲਾਸਟ ਡੇਟ 30 ਜੂਨ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਜੀ। ਫੀਸ ਜਮ੍ਹਾਂ ਕਰਾਉਣ ਦੀ ਵੀ ਲਾਸਟ ਡੇਟ 30 ਜੂਨ ਜਿਹੜੀ ਉਹ ਹੈਗੀ ਹੈ। ਇਸ ਦੇ ਵਿੱਚ ਬਾਕੀ ਡਿਟੇਲ ਜਿਹੜੀਆਂ ਨੇ ਲੇਟਰ ਔਨ ਇਹ ਆਪਣੀ ਵੈਬਸਾਈਟ 'ਤੇ ਅਪਡੇਟ ਕਰਨਗੇ। ਸੋ ਇਸ ਦੇ ਵਿੱਚ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ। ਇਸ ਦੇ ਵਿੱਚ ਤੁਹਾਡੀ 340 ਤੋਂ ਲੈ ਕੇ 380 ਰੁਪਏ ਪਲੱਸ GST ਤੁਹਾਡੀ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ। ਇਸ ਦੇ ਵਿੱਚ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਦੋ ਤਰ੍ਹਾਂ ਦੀਆਂ ਵੈਕੈਂਸੀਜ਼ ਨੇ, ਕਸਟਮਰ ਸਰਵਿਸ ਏਜੰਟ ਦੀਆਂ ਜਿਸ ਦੇ ਵਿੱਚ 2653 ਪੋਸਟਾਂ ਦੇ ਲਈ ਨੋਟੀਫਿਕੇਸ਼ਨ ਹੈਗਾ ਹੈ ਜੀ। ਉਸ ਤੋਂ ਬਾਅਦ ਹੈ ਹਾਊਸਕੀਪਿੰਗ ਅਤੇ ਲੋਡਰ ਦੀਆਂ ਵੈਕੈਂਸੀਜ਼, 855 ਵੈਕੈਂਸੀਜ਼ ਇਹ ਆਊਟ ਕੀਤੀਆਂ ਗਈਆਂ ਨੇ। ਟੋਟਲ 3808 ਵੈਕੈਂਸੀਜ਼ ਦੇ ਲਈ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਰਹਿਣ ਵਾਲਾ ਹੈ ਜੀ। ਇਸ ਦੇ ਵਿੱਚ ਜਿੰਨੇ ਕੈਂਡੀਡੇਟ ਨੇ +2 ਕੀਤੀ ਹੈ ਜੀ ਉਹ ਕਸਟਮਰ ਸਰਵਿਸ ਏਜੰਟ ਲਈ ਅਪਲਾਈ ਕਰ ਸਕਦੇ ਨੇ। ਲੋਡਰ ਹਾਊਸਕੀਪਿੰਗ ਦੇ ਲਈ ਹਾਈ ਸਕੂਲ ਮਤਲਬ 10th ਪਾਸ ਕੈਂਡੀਡੇਟ ਐਲੀਜੀਬਲ ਰਹਿਣਗੇ, ਅਪਲਾਈ ਕਰ ਪਾਣਗੇ ਜੀ। ਇਸ ਦੇ ਵਿੱਚ ਤੁਹਾਡੀ ਸਿਲੈਕਸ਼ਨ ਪ੍ਰੋਸੈਸ ਜਿਹੜੀ ਐਗਜ਼ਾਮ ਬੇਸਿਸ 'ਤੇ ਹੋਵੇਗੀ ਜੀ, ਔਰ ਇਸ ਦੇ ਵਿੱਚ ਤੁਹਾਡੀ ਜਿਹੜੀ ਇੰਟਰਵਿਊ ਹੈ ਉਹ ਵੀ ਕੰਡਕਟ ਕੀਤੀ ਜਾਵੇਗੀ, ਠੀਕ ਹੈ ਜੀ। ਤਾਂ ਹੀ ਤੁਹਾਡੀ ਸਿਲੈਕਸ਼ਨ ਹੋਣੀ ਹੈ। ਸਿਲੇਬਸ ਜਿਹੜਾ ਹੈ ਤੁਸੀਂ ਨੀਚੇ ਦੇਖ ਸਕਦੇ ਹੋ ਜੀ, ਇਸ ਦੇ ਵਿੱਚ ਇੰਗਲਿਸ਼ ਦੇ ਤੁਹਾਡੇ 40 ਮਾਰਕਸ ਦੇ ਕੁਐਸਚਨ ਰਹਿਣਗੇ, ਜਿੱਥੇ ਸਿਨੋਨੀਮ ਐਂਟੋਨੀਅਮ ਵਨ ਵਰਡ ਸਬਸਟੀਟਿਊਸ਼ਨ ਵੋਕੈਬਲਰੀ ਗ੍ਰਾਮਰ ਸਕਿੱਲਸ ਸਪੋਟਿੰਗ ਐਰਰ ਸੈਂਟੈਂਸਿਸ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਤੁਹਾਡੇ ਐਕਟਿਵ ਪੈਸਿਵ ਵੋਇਸ ਡਾਇਰੈਕਟ ਇਨਡਾਇਰੈਕਟ ਸਪੀਚ ਕਨਵਰਜਨ ਨਰੇਸ਼ਨ ਸ਼ਫਲ ਆਫ ਸੈਂਟੈਂਸਿਸ ਪਾਰਟ ਆਫ ਪੈਸੇਜ ਕੰਪਰੀਹੈਂਸਿਵ ਪੈਸੇਜ ਵਰਬ ਟੈਂਸ ਕੰਜਕਸ਼ਨ ਆਰਟੀਕਲ ਅਤੇ ਆਈਡੀਅਮ ਦੇ ਤੁਹਾਡੇ ਜਿਹੜੇ ਕੁਐਸਚਨ ਨੇ ਉਹ ਇਸ ਦੇ ਵਿੱਚ ਰਹਿਣਗੇ ਜੀ। ਪਾਰਟ ਬੀ ਦੇ ਵਿੱਚ ਗੱਲ ਕਰੀਏ ਤਾਂ ਕਰੰਟ ਅਫੇਅਰ ਆਣਗੇ, ਸਾਇੰਸ ਐਂਡ ਐਵੀਏਸ਼ਨ ਨੌਲੇਜ ਤੁਹਾਡੀ ਤਰੀਕ ਹੈ ਜੀ, ਸੋਸ਼ਲ ਸਟੱਡੀ, ਉਸ ਤੋਂ ਬਾਅਦ ਮੈਥਮੈਟਿਕਸ ਅਤੇ ਰੀਜਨਿੰਗ ਦੇ ਕੁਐਸਚਨ ਜਿਹੜੇ ਤੁਹਾਡੇ ਉਹ ਰਹਿਣਗੇ ਜੀ। ਤੁਹਾਡੇ ਇਸ ਵਿੱਚ 10th ਪਾਸ ਤੁਹਾਡੇ ਕੋਲ ਸਰਟੀਫਿਕੇਟ ਹੈਗਾ, ਅਦਰ ਹਾਇਰ ਕੋਈ ਹੈਗਾ ਉਹ ਵੀ ਤੁਸੀਂ ਅਪਲੋਡ ਕਰ ਸਕਦੇ ਹੋ, ਕਾਸਟ ਸਰਟੀਫਿਕੇਟ PWD ਅਤੇ ਬਾਕੀ ਜਿਹੜੀ ਤੁਹਾਡੀ ਰਿਜ਼ਰਵੇਸ਼ਨ ਸਰਟੀਫਿਕੇਟ ਨੇ ਉਹ ਤੁਹਾਨੂੰ ਅਪਲੋਡ ਕਰਨੇ ਪੈਣਗੇ। ਮਿਨੀਮਮ ਵਿੱਚ 18 ਹੈ, ਮੈਕਸੀਮਮ 28 ਹੈ, ਪਲੱਸ ਏਜ ਰਿਲੈਕਸੇਸ਼ਨ ਇੱਥੇ ਹੈਗੀ ਹੈ ਜੀ, ਐਜ਼ ਪਰ ਰੂਲ ਜਿਹੜੀ ਉਹ ਤੁਹਾਡੀ ਰਹੇਗੀ। ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਤੁਸੀਂ ਅਪਲਾਈ ਕਿੱਦਾਂ ਕਰਨਾ, ਇੱਕ ਈਮੇਲ ਆਈਡੀ ਇੱਕ ਮੋਬਾਈਲ ਨੰਬਰ ਪਹਿਲਾਂ ਤੋਂ ਰੈਡੀ ਰੱਖਿਓ ਜਿਹੜਾ ਤੁਹਾਡਾ ਬੈਂਕ ਨਾਲ ਰਜਿਸਟਰਡ ਨਾ ਹੋਵੇ, ਠੀਕ ਹੈ ਜੀ, ਉਹ ਰੱਖਿਓ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਫਰੋਡ ਤੁਹਾਡੇ ਨਾਲ ਨਾ ਹੋਵੇ। ਔਰ ਉਸ ਤੋਂ ਬਾਅਦ ਰਜਿਸਟਰਡ ਕਰ ਲੈਣਾ, ਤਾਂ ਫਿਰ ਪੂਰੀ ਡਿਟੇਲ ਭਰਨੀ ਹੈ ਤੁਸੀਂ ਔਨਲਾਈਨ, ਸਟੈਪ ਬਾਏ ਸਟੈਪ ਲਿਖਿਆ ਹੋਇਆ ਪੜ੍ਹ ਲੈਣਾ ਤੁਸੀਂ। ਇੱਥੇ ਤੁਹਾਡੇ ਨੋਟੀਫਿਕੇਸ਼ਨ PDF ਦਾ ਇੱਕ ਹੀ ਲਿੰਕ ਹੈ, ਲੇਕਿਨ ਅਪਲਾਈ ਕਰਨ ਦੇ ਲਈ ਅਲੱਗ ਅਲੱਗ ਲਿੰਕ ਰਹਿਣਗੇ, ਕਿਉਂਕਿ ਦੋ ਪੋਸਟਾਂ ਨੇ, ਅਲੱਗ ਅਲੱਗ ਪੋਸਟਾਂ ਲਈ ਤੁਸੀਂ ਅਪਲਾਈ ਕਰਨਾ ਹੈ। ਸੋ ਇੱਥੋਂ ਤੁਸੀਂ ਸਾਰੇ ਲਿੰਕ ਜਿਹੜੇ ਨੇ ਉਹ ਦੇਖ ਸਕਦੇ ਹੋ, ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ। ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ, ਕਮੈਂਟ ਬਾਕਸ 'ਤੇ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਜੀ, ਮੈਂ ਤੁਹਾਡੇ ਲਈ ਇਸੇ ਤਰ੍ਹਾਂ ਸਾਰੇ ਨੋਟੀਫਿਕੇਸ਼ਨ ਜਿਹੜੇ ਨੇ ਉਹ ਲੈ ਕੇ ਆਉਂਦੇ ਰਹਾਂਗਾ। ਫਿਰ ਵੀ ਕੋਈ ਡਾਊਟ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਂ ਮਿਲਾਂਗਾ ਤੁਹਾਨੂੰ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।